ਉਹਨਾਂ ਦੀ ਪਤਨੀ ਆਈ ਸੀ ਉਹ ਯੂਕੇ ਤੋਂ ਆਈ ਸੀ ਵਿਦੇਸ਼ ਤੋਂ ਆਈ ਸੀ ਉਹਨੇ ਵਾਪਸ ਜਾਣਾ ਸੀ ਚਲੇ ਗਏ ਵਾਪਸ ਦੇਖੋ ਇਹ ਤੁਹਾਨੂੰ ਪਤਾ ਹੈ ਵੀ ਸਰਕਾਰ ਸਿੱਖਾਂ ਨਾਲ ਕਿਹੋ ਜਿਹਾ ਸਲੂਕ ਕਰਦੀ ਹੈ ਹੈਨਾ ਜਿਹੜੇ ਬਾਹਰ ਰਹਿ ਗਏ ਬਾਹਰਲੇ ਦੇਸ਼ਾਂ ਦੇ ਵਿੱਚ ਚਲੇ ਗਏ ਉਹਨਾਂ ਨੂੰ ਇੱਥੇ ਦੀ ਮਿੱਟੀ ਤੱਕ ਨਹੀਂ ਨਸੀਬ ਹੋਈ ਉਹਨਾਂ ਨੂੰ ਇੱਥੇ ਮਤਲਬ ਇੱਥੇ ਆ ਕੇ ਉਹਨਾਂ ਦਾ ਸੰਸਕਾਰ ਹੋਣਾ ਤੱਕ ਨਹੀਂ ਨਸੀਬ ਹੋਇਆ ਉਹਨਾਂ ਦੀ ਮਾਵਾਂ ਨੂੰ ਉਹਨਾਂ ਦਾ ਅਖੀਰਲੀ ਵਾਰੀ ਮੂੰਹ ਦੇਖਣਾ ਨਹੀਂ ਨਸੀਬ ਹੋਇਆ ਹੈਨਾ ਜਿਵੇਂ ਭਾਈ ਅਵਤਾਰ ਸਿੰਘ ਖੰਡਾ ਜੀ ਦੀ ਜੇ ਆਪਾਂ ਗੱਲ ਕਰ ਲਈਏ ਤਾਂ ਉਹਨਾਂ ਦੇ ਅਸਤੀਆਂ ਹੀ ਆਈਆਂ ਨੇ ਜਿਨ੍ਹਾਂ ਦੇ ਆਪਾਂ ਦਰਸ਼ਨ ਕੀਤੇ ਆ ਹੈਨਾ ਸੋ ਜਿਹੜੇ ਬਾਹਰ ਰਹਿ ਗਏ ਉਹਨਾਂ ਨੂੰ ਬਾਹਰ ਹੀ ਸਾਡਾ ਦੂਜਾ ਦਲੀਪ ਬਣ ਗਿਆ ਉਹ ਤੇ ਜਿਹੜੇ ਇੱਧਰ ਨੇ ਹੁਣ ਸਰਕਾਰ ਇਹਨਾਂ ਨੂੰ ਇੱਧਰ ਡੱਕੀ ਰੱਖ ਰਹੀ ਹੈ ਦੇਖੋ ਇੱਕ ਅਫੀਸ਼ੀਅਲ ਜਿਹੜੇ ਟਾਈਮ ਪੀਰੀਅਡਸ ਹੁੰਦੇ ਨੇ ਨਾ ਵੀਜ਼ਾ ਦੇ ਅਫੀਸ਼ੀਅਲ ਡੇਟਸ ਹੁੰਦੀਆਂ ਨੇ ਉਹਨਾਂ ਦਾ ਵੀਜ਼ਾ ਦੀ ਟਾਈਮ ਕੰਪਲੀਟ ਹੋ ਚੁੱਕਿਆ ਸੀ ਉਹਨਾਂ ਨੂੰ ਜਾਣਾ ਪੈਣਾ ਸੀਗਾ ਉਹ ਉੱਥੇ ਦੇ ਰਹਿਣ ਵਾਲੇ ਸੀ ਹੈਨਾ ਉੱਥੇ ਦੇ ਜੰਪਲ ਉੱਥੇ ਦੇ ਰਹਿਣ ਵਾਲੇ ਸੀਗੇ ਪਰ ਸਰਕਾਰ ਉਹਨਾਂ ਨੂੰ ਜਾਣ ਨਹੀਂ ਦੇ ਰਹੀ ਉਹਨਾਂ ਨੂੰ ਟੌਰਚਰ ਕਰ ਰਹੀ ਹੈ ਉਹਨਾਂ ਨੂੰ ਮਾਨਸਿਕ ਤੌਰ ਤੇ ਟੌਰਚਰ ਕਰ ਰਹੀ ਹੈ ਤੇ ਇੱਥੇ ਇਕੱਲਾ ਭਾਈ ਸਾਹਿਬ ਦੀ ਵਾਈਫ ਨਹੀਂ ਟੌਰਚਰ ਹੋ ਰਹੇ ਉਹਨਾਂ ਦੇ ਪਤਨੀ ਨਹੀਂ ਜਾਂ ਇਹਨਾਂ ਦਾ ਅੰਦਰੋਂ ਮਕਸਦ ਇਹ ਹੈ ਵੀ ਅਸੀਂ ਭਾਈ ਸਾਹਿਬ ਨੂੰ ਵੀ ਮੈਂਟਲੀ ਟੌਰਚਰ ਕਰੀਏ ਕਿਤੇ ਨਾ ਕਿਤੇ ਭਾਈ ਸਾਹਿਬ ਡੋਲਣਗੇ ਵੀ ਹਾਂ ਮੇਰੀ ਧਰਮ ਪਤਨੀ ਨਾਲ ਇਹੋ ਜਿਹਾ ਸਲੂਕ ਮੇਰੇ ਕਰਕੇ ਹੋ ਰਿਹਾ ਤਾਂ ਕਿਤੇ ਨਾ ਕਿਤੇ ਉਹ ਆਪਣੇ ਇਰਾਦਿਆਂ ਤੋਂ ਪਿੱਛੇ हट ਜਾਣਗੇ ਪਰ ਇੱਥੇ ਸਰਕਾਰ ਫਿਰ ਨਾ ਕੰਮ ਰਹਿ ਰਹੀ ਹੈ ਹੈਨਾ ਹੁਣ ਭਾਈ ਸਾਹਿਬ ਦੀ ਜਿਹੜੀ ਪਤਨੀ ਆ ਉਹਨਾਂ ਨੂੰ ਭਾਵੇਂ ਇਹ ਰੋਕ ਰਹੇ ਨੇ ਪਰ ਚਲੋ ਸਾਰਾ ਪਰਿਵਾਰ ਵੀ ਹਾਂ ਇੱਥੇ ਵਿਖਰਿਆ ਪਿਆ ਫਿਰ ਵੀ ਉਹ ਚੜ੍ਹਦੀ ਕਲਾ ਦੇ ਵਿੱਚ ਨੇ ਭਾਈ ਸਾਹਿਬ ਦਾ ਅੱਧਾ ਪਰਿਵਾਰ ਜਲੂਪੁਰ ਖੇੜੇ ਰਹਿ ਰਿਹਾ ਤੇ ਭਾਈ ਸਾਹਿਬ ਦੀ ਪਤਨੀ ਹੈ ਜਿਹੜੀ ਉਹ ਇਹਨਾਂ ਤੋਂ ਦੂਰ ਰਹਿ ਕੇ ਉੱਥੇ ਦੇ ਨੇੜੇ ਰਹਿ ਰਹੇ ਨੇ ਜਿੱਥੇ ਉਹਨਾਂ ਨੂੰ ਮੁਲਾਕਾਤ ਸੁਖਾਲੀ ਹੋ ਸਕੇ ਭਾਈ ਸਾਹਿਬ ਨਾਲ ਹੈਨਾ ਸੋ ਇਦਾਂ ਇਹਨਾਂ ਨੇ ਪਰਿਵਾਰ ਇੱਕ ਵਖੇੜ ਦਿੱਤਾ ਦੇਖੋ ਭਗਵੰਤ ਮਾਨ ਦੀ ਆਪਦੀ ਤਾਂ ਕੋਈ ਲਾਈਫ ਹੈ ਨਹੀਂ ਇਹਦੀ ਆਪਦਾ ਤਾਂ ਕੋਈ ਪਰਿਵਾਰ ਹੈ ਨਹੀਂ ਆਪਦੇ ਇਹਨੇ ਬੱਚੇ ਛੱਡਿਆ ਆਪਦੀ ਇਹਨੇ ਵਾਈਫ ਛੱਡੀ ਹੈ ਹੈਨਾ ਹੁਣ ਦੂਜੀ ਨਾਲ ਵਿਆਹ ਕਰਾ ਲਿਆ ਇਹਨੂੰ ਤਾਂ ਆਏ ਵੀ ਮਤਲਬ ਲੇਡੀਜ਼ ਨੂੰ ਤਾਂ ਇੱਕ ਯੂਜ਼ ਦੀ ਇਹ ਚੀਜ਼ ਸਮਝਦਾ ਵੀ ਹਾਂ ਇੱਕ ਨੂੰ ਵਰਤ ਲਿਆ ਦੂਜੀ ਲਿਆਓ ਦੂਜੀ ਹੈਨਾ ਮਤਲਬ ਇਹ ਚੀਜ਼ਾਂ ਪਰ ਇਹਨੂੰ ਇਹ ਨਹੀਂ ਪਤਾ ਵੀ ਜਿਹੜੇ ਅਸਲ ਧਰਮੀ ਸਿੱਖ ਹੁੰਦੇ ਨੇ ਉਹ ਨਾ ਤੇ ਭਾਈ ਜਿਹੜੇ ਹੁੰਦੇ ਨੇ ਸਿੰਘ ਹੁੰਦੇ ਨੇ ਉਹ ਨਾ ਆਪਣੇ ਸਿੰਘਣੀਆਂ ਨੂੰ ਛੱਡਣ ਤੇ ਨਾ ਸਿੰਘਣੀਆਂ ਆਪਣੇ ਸਿੰਘਾਂ ਨੂੰ ਛੱਡਣ ਇੱਕ ਜਿਹੜੀ ਇਤਿਹਾਸ ਦੇ ਵਿੱਚ ਘਟਨਾ ਵੀ ਆਉਂਦੀ ਹੈ ਸਿੰਘਣੀ ਨੇ ਤਸਵੀਰ ਨਾਲ ਲਾਵਾਂ ਲੈਂਦੀ ਸੀ ਸਾਡੇ ਤਾਂ ਇਹੋ ਜਿਹੀ ਸਿੱਦਕ ਨੇ ਇਹ ਸਾਨੂੰ ਸਾਡੇ ਸਿੱਦਕਾਂ ਤੋਂ ਡੋਲਣਾ ਚਾਹੁੰਦੇ ਨੇ ਪਰ ਨਹੀਂ ਇਹੇ ਨਹੀਂ ਡੋਲਦੇ ਭਾਈ ਸਾਹਿਬ ਦੀ ਕੋਈ ਜੇਲ ਜਿਵੇਂ ਜੇਲ ਬਦਲਣ ਦੀ ਕੋਈ ਗੱਲਬਾਤ ਤੁਹਾਡੇ ਧਿਆਨ ਚਾਹੀ ਕੋਈ ਪਰਿਵਾਰਕ ਨਾ ਮਨਣਾ ਗੱਲ ਹੋਈ ਇੱਦਾਂ ਦੇਖੋ ਇਹੋ ਜਿਹਿਆਂ ਨਾ ਮਤਲਬ ਇਹ ਥੋੜੀ ਜਿਹਾ ਵਿਵਾਦਕ ਗੱਲਾਂ ਹੁੰਦੀਆਂ ਨੇ ਹੈਨਾ ਜੋ ਅੱਜਕੱਲ ਮਤਲਬ ਮੈਨੂੰ ਵੀ ਪਤਾ ਹੈ ਵੀ ਤੁਸੀਂ ਕਿਸ ਨੋਟ ਤੇ ਗੱਲ ਕੀਤੀ ਆ ਸੋਸ਼ਲ ਮੀਡੀਆ ਤੇ ਬੜੀ ਮਤਲਬ ਚਰਚਾ ਦੇ ਵਿੱਚ ਆਉਂਦੀ ਹੈ ਇਹ ਗੱਲ ਵੀ ਭਾਈ ਸਾਹਿਬ ਨੂੰ ਰਿਹਾ ਕਰ ਦੇਣਗੇ ਇਹ ਕਰ ਦੇਣਗੇ ਉਹ ਕਰ ਦੇਣਗੇ ਦੇਖੋ ਆਪਣੇ ਬੰਦੀ ਸਿੰਘ ਕਿੰਨੇ ਸਾਲਾਂ ਦੇ ਬੈਠੇ ਨੇ ਕੋਈ 25 ਸਾਲ ਤੋਂ 27 ਸਾਲ ਤੋਂ 32 ਸਾਲ ਤੋਂ ਅੰਦਰ ਬੈਠੇ ਨੇ ਹੈਨਾ ਇੰਨੀ ਜਲਦੀ ਤਾਂ ਉਹਨਾਂ ਦੀ ਰਿਹਾਈਆਂ ਨਹੀਂ ਹੋਈਆਂ ਉਹਨਾਂ ਦੇ ਵੀ ਕਿਤੇ ਨਾ ਕਿਤੇ ਝੂਠੇ ਪਰਚੇ ਦਾ ਉਹਨਾਂ ਨੇ ਪਾਈ ਨੇ ਹੈਨਾ ਤੇ ਝੂਠੇ ਪਰਚੇ ਇੱਧਰ ਭਾਈ ਸਾਹਿਬ ਦੇ ਉੱਤੇ ਪਏ ਹੋਏ ਨੇ ਹਾਂ ਪੌਸਿਬਿਲਿਟੀਆਂ ਹੈਗੀਆਂ ਨੇ ਵੀ ਅਗਲੇ ਸਾਲ ਤੱਕ ਭਾਵੇਂ ਉਹ ਉਹਨਾਂ ਦੀ ਜੇਲ੍ਹ ਸ਼ਿਫਟ ਹੋ ਜਾਵੇ ਪਰ ਰਿਹਾਈ ਜ਼ਮਾਨਤ ਇਹ ਸਭ ਕੁਝ ਹਲੇ ਚਲੋ ਕਨਫਿਡੈਂਸ਼ੀਅਲ ਗੱਲਾਂ ਹੋ ਜਾਂਦੀਆਂ ਨੇ ਇਹ ਮਤਲਬ ਵਿਵਾਦਕ ਗੱਲਾਂ ਹੋ ਜਾਂਦੀਆਂ ਨੇ ਤੇ ਇਹਨਾਂ ਤੇ ਅਸੀਂ ਕੋਈ ਬਿਆਨ ਨਹੀਂ ਦੇਣਾ ਚਾਹਾਂਗੇ ਜਦ ਤੱਕ ਸਾਨੂੰ ਉਹਨਾਂ ਦੀ ਫੈਮਿਲੀ ਵੱਲੋਂ ਕੋਈ ਪੁਖਤਾ ਕੋਈ ਗੱਲ ਨਾ ਹੋਵੇ ਕੋਈ ਬਿਆਨ ਨਾ ਆਵੇ ਤੁਸੀਂ ਇੱਡੀ ਇੱਡੀ ਵੱਡੀਆਂ ਗੱਲਾਂ ਕਰਦੇ ਤੁਹਾਨੂੰ ਡਰ ਨਹੀਂ ਲੱਗਦਾ ਹੈਗਾ ਕਿਸ ਗੱਲ ਦਾ ਡਰ ਜੀ ਡਰ ਨਿਰਪਾ ਨਿਰਪੈਰ ਹੋ ਕੇ ਚੱਲਦੇ ਆ ਨਾ ਨਿਰਪਉ ਆ ਨਿਰਵੈਰ ਆ ਵੈਰ ਸਾਡੇ ਮਨ ਚ ਹੈ ਹੀ ਨਹੀਂ ਕਿਸੇ ਲਈ ਸਾਡੇ ਮਨ ਦੇ ਵਿੱਚ ਕਿਸੇ ਧਰਮ ਲਈ ਕਿਸੇ ਜਾਤੀ ਲਈ ਕੋਈ ਵੈਰ ਵਿਰੋਧ ਦੀ ਇਹੋ ਨਹੀਂ ਹੈਗੀ ਹਨਾ ਕੋਈ ਸਾਡੇ ਵਿੱਚ ਇਹੋ ਜੀ ਫੀਲਿੰਗ ਨਹੀਂ ਹੈਗੀ ਵੀ ਅਸੀਂ ਕਿਸੇ ਨੂੰ ਮਾਰਨਾ ਹੈ ਅਸੀਂ ਸਰਕਾਰਾਂ ਦੇ ਬੰਦੇ ਨਹੀਂ ਹੈ ਨਾ ਅਸੀਂ ਸਰਕਾਰ ਤੋਂ ਵੱਖ ਹੋ ਕੇ ਚੱਲਣ ਵਾਲੇ ਆ ਸਰਕਾਰਾਂ ਦੀ ਤਾਂ ਨੀਤੀਆਂ ਨੇ ਕਿ ਜਿਹੜਾ ਸਾਡੇ ਅੱਗੇ ਬੋਲੇ ਉਹਨੂੰ ਮਾਰੋ ਤੇ ਰਾਜ ਕਰੋ ਇਕ ਇਕ ਅੰਗਰੇਜ਼ਾਂ ਦੀ ਨੀਤੀ ਹੁੰਦੀ ਸੀ ਕਿ ਪਾੜੋ ਤੇ ਰਾਜ ਕਰੋ ਅੱਜ ਦੀ ਸਰਕਾਰਾਂ ਨੇ ਬਹੁਤ ਗੰਦੀਆਂ ਨੀਤੀਆਂ ਬਣਾ ਲਈਆਂ ਕਿ ਮਾਰੋ ਤੇ ਰਾਜ ਕਰੋ ਹਨਾ ਪਰ ਉਹ ਚੀਜ਼ਾਂ ਸਾਡੇ ਦੇ ਵਿੱਚ ਨਹੀਂ ਹੈਗੀਆਂ ਅਸੀਂ ਨਿਰਭਉ ਵੀ ਹਾਂ ਜੇ ਕਿਤੇ ਸਰਕਾਰ ਸਾਡੇ ਤੇ ਚੜ ਕੇ ਆਉਗੀ ਤਾਂ ਅਸੀਂ ਭੈਰਹਿਤ ਵੀ ਹਾਂ ਉਵੇਂ ਉਹਨਾਂ ਦਾ ਸਾਹਮਣਾ ਕਰਾਂਗੇ